ਭਾਰਤ ਦੇ ਕਿਰਨ ਬਾਲਾ ਦੇ ਵੱਲੋਂ ਪਾਕਿਸਤਾਨ 'ਚ ਜਾ ਕੇ ਆਪਣਾ ਧਰਮ ਬਦਲਣ ਕਰਕੇ ਅਤੇ ਆਪਣੇ ਬੱਚਿਆਂ ਨੂੰ ਛੱਡ ਕੇ ਜਾਣ ਦੇ ਮਾਮਲੇ 'ਚ ਹੁਣ ਇੱਕ ਸਮਾਜਿਕ ਸੰਸਥਾ ਨੇ ਇਸ ਮਾਮਲੇ 'ਚ ਭਾਰਤ 'ਚ ਪਾਕਿਸਤਾਨ ਦੇ ਅੰਬੈਸਡਰ ਨੂੰ ਇੱਕ ਪੱਤਰ ਲਿਖਿਆ ਅਤੇ ਕਿਰਨ ਬਾਲਾ ਨੂੰ ਵਾਪਸ ਲਿਆਉਣ ਦੀ ਗੱਲ ਕਹੀ ਹੈ। ਇਸ ਮਾਮਲੇ 'ਚ ਜਿੱਥੇ SGPC ਕੋਈ ਕੰਮ ਨਹੀਂ ਕਰ ਸਕੀ, ਉੱਥੇ ਇੱਕ ਸਮਾਜਿਕ ਸੰਸਥਾ ਨੇ ਰਾਜਨੀਤਿਕ ਨਿਯਮਾਂ ਨੂੰ ਅਪਣਾਉਂਦੇ ਹੋਏ ਇਸ ਰਸਤੇ ਨੂੰ ਚੁਣਿਆ। ਸਾਡੀ ਇਹ ਰਿਕੁਐਸਟ ਹੈ ਪਾਕਿਸਤਾਨ ਗਵਰਨਮੈਂਟ ਨੂੰ, ਅਤੇ ਨਾਲੇ ਮੈਂ ਚਿੱਠੀ ਵੀ ਲਿਖੀ ਹੈ ਅੰਬੈਸੀ ਨੂੰ ਪਾਕਿਸਤਾਨ ਨੂੰ ਕਿ ਪਲੀਜ਼ ਤੁਸੀਂ ਕਿਰਨ ਬਾਲਾ ਨੂੰ ਡਿਪੋਰਟ ਕਰੋ, ਕਿਉਂਕਿ ਉਹਨੇ ਉੱਥੇ ਜਾ ਕੇ ਬਹੁਤ ਸਾਰੇ ਰੂਲ ਵਾਇਲੇਟ ਕੀਤੇ ਹੈ। ਸਭ ਤੋਂ ਪਹਿਲਾਂ ਉਹਨੇ ਝੂਠ ਬੋਲਿਆ, ਇੱਕ ਧਾਰਮਿਕ ਜੱਥੇ ਦਾ ਨਾਂ ਯੂਜ਼ ਕਰਕੇ ਉੱਥੇ ਗਈ ਹੈ, ਅਤੇ ਸਾਡੀ ਬਹੁਤ ਬਦਨਾਮੀ ਹੋਈ ਹੈ ਇਸ ਪਿੱਛੇ। ਦੂਜਾ, ਉਹਨੇ ਵੀਜ਼ਾ ਦੇ ਰੂਲ ਤੋੜੇ ਹੈ, ਉਹ ਵਾਪਸ ਨਹੀਂ ਆਈ। ਤੀਜਾ, ਉਹਨੇ ਇੰਡੀਆ ਨੂੰ ਬਦਨਾਮ ਕੀਤਾ ਹੈ, ਜੋ ਕਿ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਚੌਥਾ, ਜਿਹੜੇ ਉਹਦੇ ਛੋਟੇ ਛੋਟੇ ਨਿੱਕੇ ਨਿੱਕੇ ਮਾਈਨਰ ਬੱਚੇ ਆ, ਉਹਦਾ ਵੇਟ ਕਰਦੇ ਪਏ ਆ, ਜਦਕਿ ਉਹ ਕਹਿ ਰਹੀ ਹੈ ਕਿ ਮੇਰੇ ਕੋਈ ਬੱਚੇ ਨਹੀਂ ਹੈਗੇ। ਅਤੇ ਇਸ ਤੋਂ ਇਲਾਵਾ ਉਹ ਸਾਡੇ ਕੰਟਰੀ ਦੀ ਅਪਰਾਧੀ ਹੈ, ਅਤੇ ਮੇਰੀ ਰਿਕੁਐਸਟ ਹੈ ਪਾਕਿਸਤਾਨ ਗਵਰਨਮੈਂਟ ਨੂੰ ਕਿ ਉਹ ਕਿਰਨ ਬਾਲਾ ਦਾ 6 ਮਹੀਨੇ ਦਾ ਵੀਜ਼ਾ ਕੈਂਸਲ ਕਰਕੇ ਉਹਨੂੰ ਵਾਪਸ ਭੇਜੇ, ਤਾਂ ਕਿ ਸਾਡੇ ਜਿਹੜੇ ਆਪਸੀ ਰਿਲੇਸ਼ਨ ਹੈ ਉਹ ਵਧੀਆ ਹੋ ਸਕਣ। ਅੰਮ੍ਰਿਤਸਰ ਤੋਂ ਗੁਰਸੇਵਕ ਦੇ ਨਾਲ ਨਵਿੰਦਰਪਾਲ ਸਿੰਘ ਚਮਕ ਦੀ ਰਿਪੋਰਟ, ਚੈਨਲ 2।